ਪਿੰਡ ਫਰਾਲਾ ਸੰਤ ਗੁਰਬਚਨ ਦਾਸ ਨਗਰ ਦੀ ਪੰਚਾਇਤ ਨੇ ਕੀਤਾ ਵਧੀਆ ਉਪਰਾਲਾ। ਲਗਾਏ 450 ਬੂਟੇ। ਸਰਪੰਚ ਮਨਦੀਪ ਕੌਰ ਦੀ ਚਾਰੇ ਪਾਸੇ ਹੋ ਰਹੀ ਸ਼ਲਾਘਾ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਪੰਚ ਮਨਦੀਪ ਕੌਰ ਨੇ ਪਿੰਡ ਵਿੱਚ ਬਹੁਤ ਹੀ ਵਧੀਆ ਕੰਮ ਕਰਾਏ ਹਨ। ਸੰਤ ਗੁਰਬਚਨ ਦਾਸ ਨਗਰ ਦਾ ਬਹੁਤ ਹੀ ਵਿਕਾਸ ਹੋਇਆ ਹੈ। ਗਲੀਆਂ ਨਾਲੀਆਂ ਅਤੇ ਹੋਰ ਸਾਫ਼ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਸਰਪੰਚ ਮਨਦੀਪ ਕੌਰ ਨੇ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਪੰਚ ਮਨਦੀਪ ਕੌਰ ਬਹੁਤ ਹੀ ਵਧੀਆ ਸਰਪੰਚ ਨੇ। ਹਮੇਸ਼ਾ ਗਰੀਬਾਂ ਦੀ ਮਦਦ ਕਰਨ ਵਾਲੇ ਸਰਪੰਚ ਨੇ ਅਤੇ ਵਿਕਾਸ ਦੇ ਕੰਮਾਂ ਨੂੰ ਹਮੇਸ਼ਾ ਪਹਿਲ ਦੇ ਆਧਾਰ 'ਤੇ ਕਰਦੇ ਹਨ। ਉਹਨਾਂ ਕਿਹਾ ਕਿ ਅੱਜ ਸੰਤ ਗੁਰਬਚਨ ਦਾਸ ਨਗਰ ਵਿੱਚ 450 ਬੂਟੇ ਲਗਾ ਕੇ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੋ ਸਾਡੇ ਵਾਤਾਵਰਨ ਨੂੰ ਹਮੇਸ਼ਾ ਸਾਫ਼ ਰੱਖੇਗਾ, ਸਾਨੂੰ ਕੁਦਰਤੀ ਆਕਸੀਜਨ ਮਿਲੇਗੀ। ਡੇਰਾ ਸੰਤ ਗੁਰਬਚਨ ਦਾਸ ਦੇ ਗੱਦੀ ਨਸ਼ੀਨ ਸੰਤ ਪ੍ਰੇਮ ਦਾਸ ਜੀ ਨੇ ਆਪਣੇ ਘਰ ਕਮਲਾਂ ਨਾਲ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ। ਸਰਪੰਚ ਵੱਲੋਂ ਬਣਾਇਆ ਗਿਆ ਸ਼ਮਸ਼ਾਨ ਘਾਟ ਬਹੁਤ ਹੀ ਵਧੀਆ ਅਤੇ ਸਾਫ਼ ਸੁਥਰਾ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਵੱਲੋਂ ਸਰਪੰਚ ਮਨਦੀਪ ਕੌਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪਿੰਡ ਫਰਾਲਾ ਦੇ ਵਿੱਚੋਂ ਅਲੱਗ ਹੋਇਆ ਮਹੰਤ ਗੁਰਬਚਨ ਦਾਸ ਨਗਰ ਦਾ ਜਿਹੜਾ ਪਿੰਡ ਫਰਾਲਾ ਦੇ ਸਰਪੰਚ ਜਿਹੜੇ ਹੈਗੇ ਆ ਉਹ ਬੂਟੇ ਜਿਹੜੇ ਹੈਗੇ ਆ ਉਹ ਲਗਾ ਰਹੇ ਨੇ। ਤੁਸੀਂ ਦੇਖ ਸਕਦੇ ਹੋ 450 ਬੂਟਾ ਇਸ ਪ੍ਰਕਿਰਤੀ ਨੂੰ ਸਵਾਰਨ ਵਾਸਤੇ ਜੋ ਸਾਨੂੰ ਜਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜੋ ਗੁਰਬਚਨ ਦਾਸ ਨਗਰ ਪਿੰਡ ਫਰਾਲਾ ਦੀ ਪੰਚਾਇਤ ਨੇ ਜਿਹੜਾ ਕੰਮ ਕੀਤਾ ਕਾਫੀ ਸ਼ਲਾਘਾ ਯੋਗ ਆ। ਤੁਸੀਂ ਦੇਖ ਸਕਦੇ ਹੋ ਸਾਹਮਣੇ ਸਰਪੰਚ ਸਾਹਿਬ ਖੜ੍ਹੇ ਨੇ, ਬਾਬਾ ਜੀ ਬੂਟਾ ਲਗਾ ਰਹੇ ਨੇ। ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਫਰਾਲਾ ਤੋਂ ਦੇਖ ਰਹੇ ਹੋ ਅਤੇ ਇਹਨਾਂ ਨੇ 450 ਬੂਟਾ ਜਿਹੜਾ ਅੱਜ ਸਾਰੇ ਗੁਰਬਚਨ ਦਾਸ ਨਗਰ ਦੇ ਵਿੱਚ ਲਗਾਇਆ ਜਾਵੇਗਾ। ਸੋ ਪ੍ਰਕਿਰਤੀ ਨੂੰ ਸੰਭਾਲਣ ਵਾਸਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਹੇਗਾ ਜੋ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਤੱਕ ਇਹ ਸਾਨੂੰ ਆਕਸੀਜਨ, ਸਾਡਾ ਮੌਸਮ, ਸਾਡਾ ਹੋਰ ਕੁਦਰਤ ਨੂੰ ਜਿਹੜੀ ਸਫਾਈ ਹੈ, ਕੁਦਰਤੀ ਸਫਾਈ ਹੈ ਜਿਹੜੀ ਸਾਨੂੰ ਅਦ੍ਰਿਸ਼ ਹੈਗੀ ਹੈ। ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਣਾ ਕਿ ਇੱਕ ਦਰਖਤ ਜਿਹੜਾ ਹੈਗਾ ਆ ਉਹ ਕਿੰਨਾ ਪੋਲਿਊਸ਼ਨ ਸੋਖ ਲੈਂਦਾ, ਸਾਡੀ ਸਮਝ ਤੋਂ ਪਰੇ ਆ। ਇਹ ਸਾਇੰਸ ਦੀਆਂ ਗੱਲਾਂ ਨੇ, ਬਾਅਦ 'ਚ ਕਰ ਲਵਾਂਗੇ। ਫਿਲਹਾਲ ਤੁਸੀਂ ਦੇਖ ਸਕਦੇ ਹੋ ਸਾਰੀ ਲੇਬਰ ਜਿੰਨੀ ਹੈ ਨਰੇਗਾ ਦੀ ਲੇਬਰ ਹੈਗੀ ਆ ਇਹ ਸਾਰੇ ਅੱਜ ਸੰਤ ਗੁਰਬਚਨ ਦਾਸ ਨਗਰ ਦੇ ਵਿੱਚ ਬੂਟੇ ਲਗਾਏ ਜਾਣਗੇ। ਸੰਤਾਂ ਵੱਲੋਂ ਇਹਨਾਂ ਦਾ ਉਦਘਾਟਨ ਕੀਤਾ ਗਿਆ ਹੈਗਾ, ਤੁਸੀਂ ਦੇਖ ਸਕਦੇ। ਸੰਤ ਗੁਰਬਚਨ ਦਾਸ ਦੀ ਜਿਹੜੀ ਹੈਗੀ ਆ ਦਰਗਾਹ ਦੀ ਗੱਦੀ ਨਸ਼ੀਨ ਜਿਹੜਾ ਹੈਗੇ ਆ ਉਹ ਬੂਟੇ ਦਾ ਲਾਉਣ ਦਾ ਉਦਘਾਟਨ ਕਰਦੇ ਹੋਏ ਬਹੁਤ ਹੀ ਸੁਚੱਜੇ ਢੰਗ ਨਾਲ ਬੂਟੇ ਦੀ ਜਿਹੜੀ ਹੈਗੀ ਆ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਸੋ ਤੁਸੀਂ ਦੇਖ ਸਕਦੇ ਹੋ ਪਿੰਡ ਫਰਾਲਾ ਦੀ ਸੰਤ ਗੁਰਬਚਨ ਦਾਸ ਨਗਰ ਪਿੰਡ ਫਰਾਲਾ ਦੀ ਪੰਚਾਇਤ ਜਿਹੜੀ ਹੈਗੀ ਆ ਬੂਟੇ ਲਗਾ ਰਹੀ ਹੈ। ਸਰਪੰਚ ਦਾ ਬਹੁਤ ਵੱਡਾ ਯੋਗਦਾਨ ਹੈਗਾ ਇਸ ਪ੍ਰਗਤੀ ਨੂੰ ਸੰਭਾਲਣ ਵਾਸਤੇ। ਆਉਂਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਖਤ ਸਾਨੂੰ ਬਹੁਤ ਸਾਰੀ ਜਿਹੜੀ ਸਾਡੀ ਨੈਚੁਰਲ ਹੈਲਪ ਕਰਨਗੇ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਜਿਹੜੀ ਹੈਗੀ ਆ ਹੈਲਪ ਜਿਹੜੀ ਹੈਗੀ ਆ ਸਾਨੂੰ ਮਿਲਦੀ ਰਹੇਗੀ। ਇਸ ਬਾਰੇ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਬੂਟਿਆਂ ਦਾ ਕੀਤਾ ਗਿਆ, ਬਹੁਤ ਇਹਨਾਂ ਦਾ ਧੰਨਵਾਦ ਹੈ ਅਤੇ ਬਾਬੇ ਦੇ ਮਿਹਰ ਭਰਿਆ ਹੱਥ ਰੱਖਣ, ਤਰੱਕੀਆਂ ਬਖਸ਼ਣ, ਚੜ੍ਹਦੀ ਕਲਾ ਰੱਖਣ। ਲਤਾ ਮੇਰੀ ਸਭ ਨੂੰ ਜੈ ਭੀਮ ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਿੰਡ ਮਹੰਤ ਗੁਰਬਚਨ ਦਾਸ ਨਗਰ ਫਰਾਲਾ, ਪਿੰਡ ਫਰਾਲਾ ਆ, ਨਗਰ ਦੋ ਪੰਚਾਇਤਾਂ ਬਣਦੀਆਂ ਆ। ਅਸੀਂ ਮਨਜੀਤ ਕੌਰ ਸਰਪੰਚ, ਸੱਤਿਆ ਪੰਚ, ਮੀਟ ਮਨਦੀਪ ਆਪਣੀ ਪ੍ਰਦੀਪ ਕੌਰ ਦੀ ਹਾਜ਼ਰੀ ਵਿੱਚ ਬੂਟੀ ਲਗਾ ਰਹੇ ਹਾਂ। ਬਾਕੀ ਸਾਡੇ ਸੰਤ ਮਹੰਤ ਗੁਰਬਚਨ ਦਾਸ ਨਗਰ, ਸੰਤਾਂ ਦੇ ਨਾਂ 'ਤੇ ਪਿੰਡ ਵਸਿਆ। ਅਸੀਂ ਪਿੰਡ ਮਹੰਤ ਗੁਰਬਚਨ ਦਾਸ ਨਗਰ ਨੂੰ ਇੱਕ ਸੁੰਦਰ ਸਾਫ਼ ਸੁਥਰਾ ਬਣਾਉਣਾ ਚਾਹੁੰਦੇ ਹਾਂ। ਅਸੀਂ 1500 ਬੂਟਾ 4.5 ਸਾਲ ਚਲਾਇਆ, 450 ਬੂਟਾ ਹੁਣ ਆਰਡਨੈਂਸ ਦੀ ਸਰਕਾਰੀ ਤੋਂ ਲਿਆਂਦਾ।
ਤੇ ਆਪਣੇ ਮੈਡਮ ਨਰੇਗਾ ਮਨਜੀਤ ਕੌਰ ਦੀ ਹਾਜ਼ਰੀ ਵਿੱਚ ਅਸੀਂ 450 ਬੂਟਾ ਲੈ ਕੇ ਆਏ ਹਾਂ ਅਤੇ ਅਸੀਂ ਸਭ ਪਿੰਡ ਵਿੱਚ ਜੱਸੋ ਮਜਾਰੇ ਜਾਂਦਾ ਰੋਡ, ਤਕੀਏ ਨੂੰ ਜਾਂਦਾ ਰੋਡ, ਪੌੜ ਫਰਾਲੇ ਨੂੰ ਜਾਂਦਾ ਰੋਡ, ਚਾਰ ਸਵੇਰੇ ਜੜ ਬੂਟਿਆਂ ਦਾ ਪਛਾਤਾ। ਅਸੀਂ ਸੰਤ ਪ੍ਰੇਮ ਦਾਸ ਦੀ ਹਾਜ਼ਰੀ ਵਿੱਚ ਨਗਰ ਦੇ ਸਾਰੇ ਵਿਕਾਸ ਕੰਮ ਬੜੇ ਧੂਮਧਾਮ ਨਾਲ ਮਨਾਏ ਆ। ਜਿੱਥੇ ਚੌਂਕ 8 ਫੁੱਟ ਦਾ ਸੀ, ਅਸੀਂ 20-20 ਫੁੱਟ ਦੇ ਚੌਂਕ ਵੱਡੇ ਬਣਾਏ ਆ। ਜਿੱਥੇ ਪਾਣੀ ਵਾਟਰ ਸਪਲਾਈ ਦਾ ਨਹੀਂ ਜਾਂਦਾ ਸੀ, ਉਹਨਾਂ ਘਰਾਂ ਨੂੰ ਵਾਟਰ ਸਪਲਾਈ ਦਾ ਪਾਣੀ ਦਿੱਤਾ, ਖਾਲੇ ਬਣਾਏ, ਪਾਣੀ ਦਾ ਨਿਕਾਸ ਬਣਾਇਆ। ਅਸੀਂ 4.5 ਸਾਲਾਂ 'ਚ ਬਹੁਤ ਪਿੰਡ ਦੇ ਵੱਡੇ ਪੱਧਰ 'ਤੇ ਵਿਕਾਸ ਦੇ ਕੰਮ ਕਰਾਏ। 2 ਲੱਖ ਦਾ ਸਮਾਨ ਜਿੰਮ ਦਾ ਲਿਆ ਕੇ ਦਿੱਤਾ ਬੱਚਿਆਂ ਨੂੰ ਚੱਕਣ ਲਈ। ਬਾਕੀ ਮਨਜੀਤ ਕੌਰ ਸਰਪੰਚ ਦੀ ਹਾਜ਼ਰੀ ਵਿੱਚ ਸਾਰੇ ਕੰਮ ਬੜੇ ਧੂਮਧਾਮ ਨਾਲ ਹੋ ਰਹੇ ਆ। ਬਾਕੀ ਮਨਜੀਤ ਕੌਰ ਸਰਪੰਚ ਪਹਿਲਾਂ ਤਾਂ ਜੈ ਭੀਮ ਜੈ ਪਰ ਅਸੀਂ ਜਿਹੜੇ ਵੀ ਬੂਟੇ ਲਾਏ ਆ ਇਹਨਾਂ ਸਾਰਿਆਂ ਨੂੰ ਖੁਸ਼ਹਾਲੀ ਮਿਲੂਗੀ। ਸਾਰਿਆਂ ਨੂੰ ਵੀ ਜਿਹੜੀ ਅਸੀਂ ਪਹਿਲਾਂ ਵੀ ਬੂਟੇ ਲਾਏ, ਮੁੱਲ ਵੀ ਲਿਆ ਕੇ ਲਾਏ, ਅਸੀਂ ਹੁਣ ਵੀ 450 ਬੂਟਾ। ਸਾਰਿਆਂ ਨੇ ਸਹਿਯੋਗ ਨਾਲ ਬਹੁਤ ਵਧੀਆ ਕੰਮ ਕੀਤੇ ਸੀ। ਸਾਰੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਸਭ ਪੱਕੇ ਕਰਾਏ, ਸ਼ਮਸ਼ਾਨ ਘਾਟ ਸਾਰਾ ਬਹੁਤ ਵਧੀਆ ਵਧੀਆ ਕੰਮ ਕੀਤੇ ਆ। ਸੋ ਸਰਪੰਚ ਸਾਹਿਬ ਆਪਣੇ ਕੰਮ ਦੱਸਦੇ ਹੋਏ ਕਿ ਅਸੀਂ ਜੋ ਪਬਲਿਕ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਸੀ ਉਹ ਅਸੀਂ 4.5 ਸਾਲਾਂ ਦੇ ਵਿੱਚ ਬੜੀ ਸੁਚੱਜੀ ਢੰਗ ਨਾਲ ਨਿਭਾਈ ਆ। ਤੁਸੀਂ ਦੇਖ ਸਕਦੇ ਹੋ ਪਬਲਿਕ ਸਾਰੀ ਜਿਹੜੀ ਹੈਗੀ ਆ ਬੂਟੇ ਲੈ ਕੇ ਖੜ੍ਹੀ ਆ। ਸੋ ਇਹ ਸਾਰੇ ਪਿੰਡ ਦੇ ਵਿੱਚ ਬੂਟਿਆਂ ਦਾ ਜਿਹੜਾ ਹੈਗਾ ਜਾਲ ਵਿਛਾ ਦਿੱਤਾ ਜਾਵੇਗਾ। ਮਹੰਤ ਗੁਰਬਚਨ ਦਾਸ ਨਗਰ ਵਿੱਚ ਸਰਪੰਚ ਸਾਹਿਬ ਦੀ ਅਗਵਾਈ 'ਚ ਜਿਹੜੇ ਬੂਟੇ ਲਗਾ ਰਹੇ ਆ ਇਹ ਬਹੁਤ ਵਧੀਆ ਉਪਰਾਲਾ ਆ ਜੀ। ਇਹ ਸਾਡੇ ਪਿੰਡ ਦੀ ਸਾਫ਼ ਹਵਾ, ਸ਼ੁੱਧ ਹਵਾ ਦੇ ਵਾਸਤੇ ਇਹਨਾਂ ਨੇ ਬਹੁਤ ਕੰਮ ਕੀਤੇ ਆ। ਔਰ ਆ ਪਿਛਲੇ ਗਏ 5 ਸਾਲਾਂ ਦੇ ਵਿੱਚ ਇਹਨਾਂ ਨੇ ਇੰਟਰਲੋਕ ਗਲੀਆਂ ਦੇ ਵਿੱਚ, ਗਲੀਆਂ ਦੀ ਸਫਾਈ ਔਰ ਸਾਰੇ ਪਿੰਡ ਦੀ ਸਫਾਈ 'ਚ ਬਹੁਤ ਯੋਗਦਾਨ ਦਿੱਤਾ ਹੈ ਜੀ। ਅਤੇ ਹੋਰ ਵੀ ਕਈ ਕੰਮ ਕੀਤੇ ਆ ਜਿਨ੍ਹਾਂ ਦੇ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ 5 ਸਾਲਾਂ ਵਿੱਚ ਵੀ ਇਹੀ ਸਰਪੰਚ ਹੋ। ਪਿੰਡ ਫਰਾਲਾ ਮਹੰਤ ਗੁਰਬਚਨ ਦਾਸ ਨਗਰ ਦੀ ਪੰਚਾਇਤ ਦਾ ਉਪਰਾਲਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਸ਼ਮਸ਼ਾਨ ਘਾਟ ਹੈਗਾ। ਤੁਸੀਂ ਸੋਚ ਨਹੀਂ ਸਕਦੇ ਕਿ ਇਹ ਸ਼ਮਸ਼ਾਨ ਘਾਟ ਦੀ ਜਿਹੜੀ ਹੈਗੀ ਆ ਦਿੱਖ ਹੈਗੀ ਆ ਬਹੁਤ ਹੀ ਕਾਬਲੇ ਤਰੀਕ। ਤੁਸੀਂ ਦੇਖ ਸਕਦੇ ਹੋ ਕਿਵੇਂ ਦਰਖਤ ਲਾ ਕੇ ਇਸ ਨੂੰ ਸਜਾਇਆ ਗਿਆ ਹੈ, ਪ੍ਰਕਿਰਤੀ ਨੂੰ ਸਾਂਭਿਆ ਗਿਆ ਹੈਗਾ। ਸੋ ਇਹ ਫਰਾਲਾ ਪਿੰਡ ਦੀ ਸੰਤ ਗੁਰਬਚਨ ਦਾਸ ਮਹੰਤ ਗੁਰਬਚਨ ਦਾਸ ਪਿੰਡ ਦੀ ਪੰਚਾਇਤ ਦਾ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਹੈਗਾ ਆ ਪ੍ਰਕਿਰਤੀ ਨੂੰ ਸਾਂਭਣ ਦਾ ਅਤੇ ਸਾਫ਼ ਸਫਾਈ ਦਾ ਅਤੇ ਇੱਕ ਕਹਿ ਸਕਦੇ ਹਾਂ ਕਿ ਅਸੀਂ ਜਿਹੜਾ ਸ਼ਮਸ਼ਾਨ ਘਾਟ ਆ ਸੋ ਹਰ ਇੱਕ ਨੇ ਇੱਥੇ ਆਉਣਾ ਹੈਗਾ ਆ। ਸੋ ਜੋ ਆਇਆ ਸੋ ਚੱਲ ਸੀ ਸਭ ਕੀ ਆਈ ਵਾਰੀ ਹੈ, ਉਸਦੀ ਜਿਹੜੀ ਸੁੰਦਰਤਾ ਹੈਗੀ ਆ ਦੇਖਿਆ ਦੇਖਣ ਨੂੰ ਬਿਲਕੁਲ ਵੀ ਸ਼ਮਸ਼ਾਨ ਘਾਟ ਨਹੀਂ ਲੱਗਦਾ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ, ਚਾਰ ਛਪੇਰੇ ਦਰਖਤ, ਵਧੀਆ ਵਧੀਆ ਦਰਖਤ, ਸ਼ਾਨਦਾਰ ਦਰਖਤ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੂਟੇ ਕਈ ਫਲਦਾਰ ਬੂਟੇ ਵੀ ਲਗਾਏ ਹੋਏ ਨੇ, ਬਹੁਤ ਹੀ ਵਧੀਆ ਸੁੰਦਰਤਾ ਜਿਹੜੀ ਹੈਗੀ ਆ ਇਹ ਬਣਾਈ ਗਈ ਹੈਗੀ ਆ ਜੋ ਕਾਬਲੇ ਤਾਰੀਫ ਹੈਗੀ ਆ, ਬਹੁਤ ਹੀ ਕਾਬਲੇ ਤਾਰੀਫ ਹੈ। ਇੱਕ ਪ੍ਰਕਿਰਤੀ ਨੂੰ ਸਾਂਭਣਾ, ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿੰਡ ਦੇ ਵਿੱਚ ਬਹੁਤ ਸਾਰਾ ਵਿਕਾਸ ਦਾ ਕੰਮ ਕਰਵਾਇਆ ਹੈ। ਅਤੇ ਸੰਤਾਂ ਦੀ ਰਹਿਨੁਮਾਈ ਹੇਠ ਸਰਪੰਚ ਮਨਜੀਤ ਕੌਰ ਜੀ ਜੋ ਕਿ ਪਿੰਡ ਦੇ ਵਿਕਾਸ ਲਈ ਬਹੁਤ ਉਪਰਾਲੇ ਕਰਦੇ ਹਨ, ਹੁਣ ਇਹਨੀ
1500 ਬੂਟਾ ਹੋਰ ਲਿਆਂਦਾ, ਉਹ ਲਾਉਣਗੇ ਪਿੰਡ ਦੇ ਵਿੱਚ ਸਾਰੇ ਹੀ। ਅਤੇ ਜਿਹੜਾ ਕਿ ਆਕਸੀਜਨ ਦਾ ਕੰਮ ਕਰਦੇ ਆ, ਵਾਤਾਵਰਨ ਨੂੰ ਸਾਫ਼ ਰੱਖੂਗੇ। ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ, ਪਿੰਡ ਵੱਲੋਂ, ਸਾਰੇ ਪਿੰਡ ਵੱਲੋਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਇਹਨੀ ਇੱਦਾਂ ਦੇ ਉਪਰਾਲੇ ਕੀਤੇ ਆ। ਅਤੇ ਜੈ ਭੀਮ ਜੈ ਭਾਰਤ। ਮਹੰਤ ਗੁਰਦਾਸ ਨਗਰ ਦੇ ਪਿੰਡ ਸਰਪੰਚ ਮਨਜੀਤ ਕੌਰ ਜੀ, ਜਿਨ੍ਹਾਂ ਨੇ ਬਹੁਤ ਸਾਰੇ ਉਪਰਾਲੇ ਕੀਤੇ ਆ, ਸ਼ਮਸ਼ਾਨ ਘਾਟ ਦਾ ਬਿਲਕੁਲ ਸੁਧਾਰ ਕਰ ਦਿੱਤਾ ਹੈ, ਬਹੁਤ ਸਾਰੀਆਂ ਗਲੀਆਂ ਨਾਲੀਆਂ ਅਤੇ ਆਲੇ ਦੁਆਲੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਸਫਾਈ ਦਾ ਕੰਮ ਵੀ ਕਰਵਾ ਦਿੱਤਾ ਹੈ। ਯਾਰ ਬੂਟਾ ਜਿਹੜਾ ਆ ਉਹ ਲਿਆਂਦਾ ਗਿਆ ਪਿੰਡ ਦੇ ਵਿੱਚ, ਜਿਹਦੇ ਨਾਲ ਬਹੁਤ ਸਾਰੇ ਆਕਸੀਜਨ ਦੇ ਨਾਲ ਪਰਮਾਤਮਾ ਦੀ ਕਿਰਪਾ ਨਾਲ ਇਨਸਾਨ ਬਚਦਾ ਹੈ। ਉਹ ਚੀਜ਼ਾਂ ਉਪਰਾਲਾ ਕੀਤੀਆਂ ਹਨ ਜਿਹੜੀਆਂ ਪਹਿਲਾਂ ਕਦੇ ਨਹੀਂ ਹੋਈਆਂ। ਹੁਣ ਬਹੁਤ ਸਾਰੇ ਉਪਰਾਲੇ ਹੋਰ ਕਰਨ ਵਾਲੇ ਹੈਗੇ, ਸਰਪੰਚ ਸਾਹਿਬ ਦੀ ਲਿਸਟ ਵਿੱਚ ਹਨ, ਉਹ ਜਲਦੀ ਜਲਦੀ ਪੂਰੇ ਕੀਤੇ ਜਾਣਗੇ। ਥੈਂਕ ਯੂ, ਧੰਨਵਾਦ। ਸਰਪੰਚ ਸਾਹਿਬ ਆ ਬੀਬੀ ਮਨਜੀਤ ਕੌਰ ਦਾ ਜਿਹੜੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੀ ਇੰਨਾ ਪਿੰਡ ਦੇ ਬਾਰੇ ਸੋਚ ਕੀਤੀ ਆ। ਰਹਾਂ ਗਲੀਆਂ ਦੇ ਵਿੱਚ ਐਨ ਬਿਲਕੁਲ ਸਾਫ਼ ਕਰਾਇਆ, ਜਿਹੜਾ ਘਾਹ ਫੂਸ ਸਾਰਾ ਕੁਝ ਵੱਢ ਰਿਹਾ, ਬੂਟੀ ਵੱਢ ਰਹੀ ਆ। ਇਹ ਬਹੁਤ ਬਹੁਤ ਧੰਨਵਾਦ ਕਰਦੇ ਬੀਬੀ ਮਨਜੀਤ ਕੌਰ ਜੀ ਦਾ। ਵਾਹਿਗੁਰੂ। ਸਰਪੰਚ ਮਨਜੀਤ ਕੌਰ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮਹਿੰਦਰਪਾਲ ਪੰਚ ਸਰਪੰਚ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ।